ਬਿਗ ਬੀ ਰਿਕਾਰਡਸ ਅਤੇ ਪੱਟੀ ਪਰਿਵਾਲਾ ਪੇਸ਼ ਕਰਦੇ ਹਨ। ਕਿਹਦੀ ਬੇੜੀ ਪਿਆ ਡੋਬਣਾ ਹੈ ਬਾਬਾ ਜੀ? ਉਹਨਾਂ ਦੀ ਜਿਹੜੇ ਝੂਠੇ ਲਾਰੇ ਲਾਉਂਦੇ ਨੇ, ਕਰਦੇ ਕੁਝ ਹੋਰ ਨੇ ਤੇ ਕਹਿੰਦੇ ਕੁਝ ਹੋਰ ਨੇ। ਪਰ ਗੱਲ ਕੀ ਹੋਈ ਹੈ? ਕੀ ਦੱਸਾਂ ਬਾਬਾ ਜੀ, ਬੜੀ ਮਾੜੀ ਕੀਤੀ ਹੈ ਗਰੀਬ ਨਾਲ। ਬੇ ਮਰ ਜਾਣਿਆ ਸਵੇਰ ਦੀ ਉਡੀਕਦੀ ਆ, ਜਿੱਥੇ ਜਾਣਾ ਉੱਥੇ ਹੀ ਬਹਿ ਜਾਂਦਾ। ਉਹ ਮੈਂ ਨੀ ਬਹਿ ਜਾਣਾ, ਬੋਲੀਏ ਮੈਂ ਤੇ ਜਲਸੇ ਵਿੱਚ ਗਿਆ ਸਾਂ। ਅੱਛਾ, ਤੇ ਜਲਸੇ ਵਿੱਚ ਜੋ ਕੁਝ ਸੁਣ ਕੇ ਆਇਆ ਤੈਨੂੰ ਸੁਣਾਉਣਾ ਵਾ। ਓਏ ਵੱਡੇ ਵਜ਼ੀਰ ਸਾਹਿਬ ਆਏ ਸਨ। ਅੱਛਾ, ਉੱਥੇ ਤੇ ਉਹਨਾਂ ਨੇ ਐਲਾਨ ਕੀਤਾ ਆ, ਆਖੇ ਜਿਹੜਾ ਵੀ ਕੋਈ ਪ੍ਰੀਸ਼ਦ ਅਧਿਕਾਰੀ ਜਾਂ ਵੱਡੇ ਕਰਮਚਾਰੀ ਨੂੰ ਫਕੜਾਏਗਾ ਉਹਨੂੰ ਪੂਰੇ 50,000 ਦਾ ਇਨਾਮ ਦਿੱਤਾ ਜਾਏਗਾ। 50,000? ਆਹੋ ਬੇ,
50,000 ਨਾਲ ਤਾਂ ਕੁਲਾਂ ਹੀ ਧਰ ਜਾਂਦੀਆਂ ਨੇ। ਹੋਰ ਕੀ, ਜਦੋਂ ਉਹਨਾਂ ਨੇ ਆਪਣੀਆਂ ਕੁਲਾਂ ਤਾਰ ਲਈਆਂ ਕੀ ਉਹ ਲੋਕਾਂ ਦੀ ਕੁਲਾਂ ਨਹੀਂ ਤਾਰਨਗੇ? ਆਪਣੀਆਂ ਕੁਲਾਂ ਤਾਰ ਲਈਆਂ, ਪਰ ਉਹ ਕਿਵੇਂ? ਲੈ ਉਹ ਵੀ ਤੈਨੂੰ ਦੱਸ ਦਿੰਦਾ ਵਾ, ਉਹ ਆਪ ਇੱਥੋਂ ਦਾ ਵੱਡਾ ਵਜ਼ੀਰ, ਪੁੱਤਰ ਉਹਦਾ ਵਜ਼ੀਰ, ਜਵਾਈ ਉਹਦਾ ਵਜ਼ੀਰ, ਉਹ ਨੌਕਰ ਚਾਕਰ ਉਹਦੇ ਵਜ਼ੀਰ। ਤਰ ਗਈਆਂ ਕੁੱਲਾਂ ਕੇ ਨਾ ਬੋਲੀਏ ਕਿਉਂ ਨਾ 50,000 ਦਾ ਇਨਾਮ ਇਹ ਆਪਾਂ ਲੈ ਲਈਏ। ਉਹ ਕਿਵੇਂ? ਲੈ ਉਹ ਵੀ ਕੋਈ ਔਖੀ ਗੱਲ ਹੈ, ਕਿਸੇ ਭ੍ਰਿਸ਼ਟ ਕਰਮਚਾਰੀ ਜਾਂ ਅਧਿਕਾਰੀ ਨੂੰ ਪਕੜਾ ਦਿੰਦੇ ਆ ਤੇ 50,000 ਦਾ ਇਨਾਮ ਲੈ ਲੈਂਦੇ ਆ। ਮੈਂ ਮੇਰੀ ਗੱਲ ਸੁਣ ਬੋਲਿਆ, ਆਪਾਂ ਭ੍ਰਿਸ਼ਟ ਅਧਿਕਾਰੀ ਨੂੰ ਕਿੱਥੋਂ ਲੱਭਾਂਗੇ ਵੇ? ਲੈ ਬੋਲੀਏ ਉਹ ਵੀ ਤੈਨੂੰ ਦੱਸਦਾ ਵਾ, ਹਰ ਇੱਕ ਸਰਕਾਰੀ ਦਫ਼ਤਰ ਵਿੱਚ, ਹਰ ਇੱਕ ਬੈਂਚ ਤੇ, ਹਰ ਇੱਕ ਕੁਰਸੀ ਤੇ ਇੱਕ ਭ੍ਰਿਸ਼ਟ ਕਰਮਚਾਰੀ ਜਾਂ ਵੱਡਾ ਅਧਿਕਾਰੀ ਬੈਠਾ। ਗੱਲ ਸੁਣ, ਇਹਨਾਂ ਦਾ ਸਬੂਤ ਆਪਾਂ ਕਿੱਥੋਂ ਲਵਾਂਗੇ ਵੇ? ਬਈ ਬੋਲੀਏ ਇਹ ਗੱਲ ਤੇਰੀ ਜ਼ਰੂਰ ਮੰਨਣ ਵਾਲੀ ਆ, ਬੋਲੀਏ ਤੂੰ ਵੀ ਸੋਚ ਤੇ ਮੈਂ ਵੀ ਸੋਚਦਾ ਵਾ। ਬੋਲੀਏ ਸੋਚ ਲਿਆ ਕਿ ਭ੍ਰਿਸ਼ਟ ਉਹ ਹੁੰਦਾ ਜਿਹਦਾ ਢਿੱਡ ਵਧਿਆ ਹੋਵੇ। ਢਿੱਡ ਵਧਿਆ ਹੋਵੇ, ਉਹ ਕਿਵੇਂ? ਲੈ ਉਹ ਵੀ ਤੈਨੂੰ ਦੱਸਦਾ ਵਾ, ਭ੍ਰਿਸ਼ਟ ਉਹ ਹੁੰਦਾ ਏ ਜਿਹੜਾ ਜ਼ਰੂਰਤ ਤੋਂ ਵੱਧ ਖਾਂਦਾ ਏ। ਜ਼ਰੂਰਤ ਤੋਂ ਵੱਧ ਕੌਣ ਖਾਂਦਾ ਏ? ਜਿਹੜਾ ਹਰਾਮ ਦੀ ਖਾਂਦਾ ਹੋਵੇ। ਹਰਾਮ ਦੀ ਕੌਣ ਖਾਂਦਾ ਏ? ਜਿਹੜਾ ਭ੍ਰਿਸ਼ਟ ਹੋਵੇ। ਤੇ ਭ੍ਰਿਸ਼ਟ ਕੌਣ ਹੁੰਦਾ ਏ? ਜਿਹਦਾ ਢਿੱਡ ਵਧਿਆ ਹੋਵੇ। ਮੋਟੇ ਢਿੱਡ ਵਾਲੇ ਨੂੰ ਕਿੱਥੋਂ ਲੱਭੀ? ਲੈ ਬੋਲੀਏ ਉਹ ਵੀ ਲੱਭ ਲਿਆ, ਲੱਭ ਲਿਆ। ਉਹ ਕਿੱਥੋਂ? ਬੋਲੀਏ ਭਲਾ ਤੂੰ ਉਸ ਥਾਣੇਦਾਰ ਨੂੰ ਜਾਣਦੀ ਏ ਜਿਹਦੀ ਜੈਲਦਾਰ ਨਾਲ ਯਾਰੀ ਏ? ਉਹ ਢਿੱਡਲ ਜਾ। ਆਹੋ ਨੀ ਬੋਲੀਏ, ਲਿਆ ਖਾਂ ਇੱਕ ਪਰਚੀ, ਲਿਖ ਮਾਰੀਏ ਅਰਜੀ, ਦੇ ਕੇ ਆਈਏ ਵੱਡੇ ਸਾਹਿਬ ਦੇ ਦਫ਼ਤਰ ਤੇ ਲੈ ਲਈਏ 50,000 ਦਾ ਇਨਾਮ। ਹੁਣੇ ਲੈ ਕੇ ਆਉਣੀ ਆ ਪਰਚੀ। ਉਹ ਛੱਡੀ ਦੇ ਕੇ ਆ। ਲੈ ਆਈ ਸਾਹ ਤਾਂ ਲੈ ਲੈ ਫੜ। ਉਹ ਬੋਲੀਏ ਲਿਖ। ਤੂੰ ਲਿਖ ਨਾ, ਸ਼ਾਖਰਤਾਂ ਵਾਲਿਆਂ ਕੋਲ ਤੇ ਤੂੰ ਪੜ ਜਾਂਦੀ ਸੈ, ਮੈਂ ਲਿਖਾਂ? ਚੰਗਾ ਲਿਆ ਲਿਖਾਂ ਫਿਰ। ਬੋਲੀਏ ਲਿਖ। ਹਾਂ ਸ੍ਰੀ ਮਾਨ ਜੀ ਵੱਡੇ ਵਜ਼ੀਰ ਸਾਹਿਬ, ਸਤਿ ਸ੍ਰੀ ਅਕਾਲ। ਹੌਲੀ ਬੋਲੀ। ਬੋਲੀਏ ਲਿਖ ਤੁਮ ਰੁਲੀਆ ਰਾਮ ਮਰਾਸੀ। ਖਲੋ ਜਾ। ਮਰਾਸੀ ਨਾ ਲਿਖਦੀ, ਮੇਰੀ ਟੌਲ ਖਰਾਬ ਹੋ ਜੂ। ਲਿਖ ਰੁਲੀਆ ਰਾਮ ਮੀਰ ਜਾਦਾ। ਅੱਛਾ 50,000 ਦਾ ਮਾਲਕ ਹੈ। ਗੱਲਾਂ ਦੇਖ ਮਾਰਦਾ। ਬੋਲੀਏ ਲਿਖ ਦਿੱਤਾ ਈ? ਲਿਖਤਾ। ਓ ਲਿਆ ਆ ਲੈ ਫੜ। ਲਿਆ ਛੇਤੀ ਛੇਤੀ ਦੇ ਕੇ ਆਉਣਾ ਵਾ ਵੱਡੇ ਸਾਹਿਬ ਨੂੰ, ਚੱਲਿਆ ਵਾ। ਇਨਾਮ ਮਿਲੇਗਾ ਤੇ ਪਹਿਲਾਂ ਇੱਕ ਬੈਠਕ ਛੱਤਾਂਗੇ। ਇਹਦੇ ਆੜੀ ਆਉਂਦੇ ਨੇ ਤੇ ਵਿਹੜੇ 'ਚ ਬੈਠ ਕੇ ਪੀਣ ਲੱਗ ਪੈਂਦੇ ਨੇ। ਜੇ ਪੀਣੀ ਹੈ ਤਾਂ ਅੰਦਰ ਬੈਠ ਕੇ ਪੀਓ, ਧੀ ਭੈਣ ਦੀ ਸ਼ਰਮ ਤਾਂ ਕਰੋ ਨਾ। ਬੇ ਆ ਬਾਂਦਰ ਜੀ ਪੁੱਥੀ ਸ਼ੀਸ਼ੇ ਦੇਖਦੇ ਰਹੇਗਾ, ਦੇਰ ਹੋ ਜੂ। ਜਾ ਕੇ 50,000 ਦਾ ਨਾਮ ਲੈ ਕੇ ਆ, ਮੈਂ ਤੇਰੇ ਵਾਸਤੇ ਰੋਟੀ ਪਕਾਉਣੀ ਆ ਤੇ ਹੱਥ ਨੇ ਤੈਨੂੰ ਮੈਂ ਚਿਬੜਾ ਦੀ ਚੁੜੀ ਨਾਲ ਰੋਟੀ ਖਵਾਉਂਗੀ। ਓਦਰ ਫਟੇ ਮੂੰਹ ਤੇਰਾ ਤੇ ਨਾਲੇ ਮੇਰਾ, 50,000 ਦੀ ਮਾਲਕ ਹੋ ਕੇ ਚਿਬੜਾ ਦੀ ਚਟਨੀ ਨਾਲ ਰੋਟੀ ਖਵਾਉਂਦੀ ਆ ਜੀ। ਬੋਲੀਏ ਹਾਂ ਗੱਲ ਸੁਣ ਮੇਰੀ ਧਿਆਨ ਨਾਲ, ਅੱਜ ਕੋਈ ਕੁੱਕੜ ਸ਼ੁੱਕੜ ਬਣਾ, ਐਸਾ ਤੜਕਾ ਲਗਾ ਗੁਆਂਢੀਆਂ ਦੀ ਵੀ ਨਾਸੀ ਧੂਆਂ ਚੜਾ। ਨਾਲੇ ਗੱਲ ਸੁਣ ਮੇਰੀ, ਹੁਣ ਤੂੰ ਹੋ ਗਈ 50,000 ਦੀ ਮਾਲਕ। ਅੱਛਾ ਹੁਣ ਤੂੰ ਕੋਈ ਐਰੀ ਗੈਰੀ ਨਹੀਂ ਰਹੀ। ਅੱਜ ਤੋਂ ਬਾਅਦ ਤੂੰ ਮੈਨੂੰ ਬੋਲਾ ਬੋਲਾ ਨਾ ਕਰਿਆ ਕਰ,
ਅੱਜ ਤੋਂ ਬਾਅਦ ਤੂੰ ਮੈਨੂੰ ਬੋਲਾ ਜੀ ਕਹਿ ਕੇ ਬੁਲਾਇਆ ਕਰ। ਬੋਲਾ ਜੀ? ਹਾਂਜੀ। ਫਿਰ ਐ ਕਰਿਓ, 50,000 ਦਾ ਨਾਮ ਲੈ ਕੇ ਨਾ ਸਿੱਧਾ ਘਰੇ ਆ ਜਾਓ, ਐਵੇਂ ਕੋਲੇ ਕੱਛੇ ਨਾ ਤੁਰ ਜਾਓ। ਆਖੇ ਘਰੇ ਆਵੀ ਨੀ ਤੂੰ ਜਾ ਪੇਕੇ। ਅੱਛਾ, ਅੱਜ ਯਾਰ ਜਾਵਾਂਗੇ ਸਿੱਧਾ ਹੀ ਪੇਕੇ। ਜੇ ਘਰੇ ਨਾ ਨਾ ਆਇਆ ਤਾਂ ਮੈਂ ਤੇਰੇ ਟੰਗਾ ਵੜ ਦੂ, ਸਮਝ ਗਿਆ? ਓ ਠੀਕ ਹੈ ਠੀਕ ਹੈ, ਹੱਦ ਹੋ ਗਈ ਏ। ਰੁਪਈਆ ਮਿਲਣਾ ਪੂਰਾ 50,000, 10,000 ਦੀਆਂ 5 ਗੱਥੀਆਂ, ਕੁਛ ਪਾਊ ਇਸ ਬੋਝੇ 'ਚ ਤੇ ਬਾਕੀ ਬਚਦੀਆਂ ਨੂੰ ਬੰਨੂ ਪਰਨੇ ਦੇ ਲੜ। ਓਏ ਅੱਜ ਕੱਲ੍ਹ ਥਾਂ ਥਾਂ 'ਤੇ ਜੇਬ ਕਤਰੇ ਫਿਰਦੇ ਨੇ। ਹਾਂ ਵੀ ਰੁਲੀਆ ਰਾਮ, ਤੁਹਾਡੇ ਨਾਂ ਹੈ ਜੀ? ਬਿਲਕੁਲ, ਮੇਰੇ ਨਾਂ ਹੈ ਜੀ ਰੁਲੀਆ ਰਾਮ। ਆ ਵੱਡੇ ਸਾਹਿਬ ਦੇ ਦਫ਼ਤਰ ਦੇ ਵਿੱਚ ਅਰਜੀ ਤੁਸੀਂ ਦੇ ਕੇ ਆਏ ਸੀ ਬਾਈ? ਜੀ ਮੈਂ ਹੀ ਦੇ ਕੇ ਆਇਆ ਸੀ। ਅੱਛਾ, ਤੁਸੀਂ ਦੇ ਕੇ ਆਏ ਸੀ, ਇਹ ਲਿਖੀ ਵੀ ਤੁਸੀਂ ਆ ਜੀ? ਲਿਖੀ ਮੇਰੀ ਮਰਾਸਣ ਨੇ ਤੇ ਅੰਗੂਠਾ ਮੈਂ ਲਾਇਆ। ਅੱਛਾ, ਲਿਖੀ ਮਰਾਸਣ ਨੇ ਤੇ ਅੰਗੂਠਾ ਤੁਸੀਂ ਲਾਇਆ ਜੀ? ਬਾਈ ਲਿਖੀ ਬੜੀ ਵਧੀਆ। ਧੰਨਵਾਦ। ਤੇ ਆ ਥੱਲੇ ਅੰਗੂਠਾ ਵੀ ਬੜਾ ਵਧੀਆ ਲਾਇਆ ਹੋਇਆ। ਮਿਹਰਬਾਨੀ ਬਾਈ, ਸਾਡੇ ਵੱਡੇ ਸਾਹਿਬ ਨੇ ਤੁਹਾਡੇ ਦਿੱਤੇ ਹੋਏ ਸਬੂਤ ਤੋਂ ਪ੍ਰਭਾਵਿਤ ਹੋ ਕੇ ਤੁਹਾਡੇ ਵਾਸਤੇ